वाहेगुरु जी का खालसा तो वाहेगुरु जी की फतेह। ये वाइपर सप देखो इन्हें सप नूं कहिंदे रसल वाइपर, ये ज्यादातर सप जिहड़ा वा मेरे एरिए दे विच नहीं हुंदा। ते अज मैं सभरावी दे लागे एक खूह सी, ते खूह दे विचों इह सप फड़न लई आया वा। ते मैनूं लगभग घंटा हो गया वा भाजी खूह दे उत्ते बैठे नूं, इन्नी मदनी पैण दी कि मैं इह सप नूं फड़न लई अंदर वड़ जां। ਇਹ ਨਾ ਸੋਚਿਓ ਕਿ ਅਸੀਂ ਸੱਪਾਂ ਤੋਂ ਨਹੀਂ ਡਰਦੇ, ਅਸੀਂ ਵੀ ਸੱਪਾਂ ਤੋਂ ਡਰਦੇ ਆ। ਇਹ ਮੌਤ ਵਾ ਤੁਰਦੀ ਫਿਰਦੀ, ਹੁਣ ਸਟਿੱਕ ਆਊਗੀ, ਬੂਟ ਪਹਿਣਗੇ, ਫੇਰ ਇਹਨੂੰ ਕਿ ਤਰੀਕੇ ਦੇ ਨਾਲ ਫੜਨਾ ਵਾ। ਤੇ ਇਧਰ ਵੇਖੋ ਬਾਈ ਹੈਂਡ ਇਹਨੂੰ ਮੈਂ ਹੱਥ ਨਾਲ ਨਹੀਂ ਫੜਨਾ, ਕਿਉਂਕਿ ਨੁਕਸਾਨ ਨਾ ਹੋਏ। ਹਾਂਜੀ ਹਾਂਜੀ ਵਾਈਪਰ ਹੀ ਆ ਗਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਜਿੱਦਾਂ ਕਿ ਰਸਲ ਵਾਈਪਰ ਸਾਹਿਬ ਇਸ ਟਾਈਮ ਮੈਂ ਇੱਕ ਖੂਹ ਦੇ ਵਿੱਚੋਂ ਕਾਬੂ ਕੀਤਾ ਆ। ਦੇਖ ਰਹੇ ਜੀ ਕਿ ਮੈਂ ਖੂਹ ਦੇ ਵਿੱਚ ਵਾਂ ਤੇ ਸੱਪ ਵੀ ਵਿੱਚ ਵਾ, ਤੇ ਵਾਕਈ ਇਹ ਸੱਪ ਜ਼ਿੰਦਗੀ ਮੌਤ ਵਾਲਾ ਵਾ। ਇਹ ਸੱਪ ਫੜਨ ਲੱਗਿਆ ਮੇਰੀਆਂ ਆਪਣੀਆਂ ਬਾਜੀ ਲੱਤਾਂ ਕੰਮ ਗਈਆਂ। ਇਹ ਦੇਖੋ ਇਹ ਸੱਪ ਨੂੰ ਰਸਲ ਵਾਈਪਰ ਕਿਹਾ ਜਾਂਦਾ ਵਾ। ਤਾਂ ਬੜੀ ਸੇਫਟੀ ਦੇ ਨਾਲ ਇਹਨੂੰ ਮੈਂ ਡੱਬੇ ਵਿੱਚ ਪਾਵਾਂਗਾ। ਆ ਬੜੇ ਭਾਜੀ ਚੌੜੇ ਰੋਕ ਹੀ ਬਣਾਉਣੀ ਜੀ ਵੀਡੀਓ, ਡੱਬਾ ਦਿਓ ਮੈਨੂੰ ਥੱਲੇ। ਇਹ ਢੱਕਣ ਵੀ ਆਹੋ ਢੱਕਣ ਦੇ ਢੱਕਣ ਉਹ ਢੱਕਣ ਇੱਕੋ ਮਿੰਟ ਢੱਕਣ ਇੱਕ ਮਿੰਟ ਆ ਭਾਈ ਨਾਲ ਦੇਣਾ ਪੈਣਾ ਜੋ ਟੁੱਟਾ ਜੋ ਢੱਕਣ ਕੋਈ ਆਲੋ ਬਾਹਰ ਜਾਂਦਾ ਰਸਲ ਵਾਈਪਰ ਆਲੋ ਢੱਕਣ ਟੁੱਟਾ ਜੋ ਤਾ ਨਹੀਂ ਨਹੀਂ ਹੋ ਗਿਆ ਕੁਛ ਕਰਤਾ ਸਿਲੰਡਰ ਇਹ ਰੱਖਣਾ ਵਾ ਲਿਆ ਜਾਣਦੇ ਪਰ ਰੱਖ ਕੇ ਜਿੱਦਾਂ ਕਿ ਇਹ ਸੱਪ ਭਾਜੀ ਮੌਤ ਆ ਮੇਰੀ ਵੀ। ਦੇਖੋ ਮੈਂ ਅੱਜ ਤੱਕ ਕਦੀ ਵੀਡੀਓ ਚ ਸਟਿੱਕ ਨਹੀਂ ਵਰਤੀ, ਇੰਨੇ ਸਾਲ ਮੈਨੂੰ ਸਟਿੱਕ ਬਣਾਈ ਨੂੰ ਹੋ ਗਏ ਆ, ਪਹਿਲੀ ਵਾਰੀ ਸਟਿੱਕ ਵਰਤੀ ਆ। ਚੱਕ ਬਈ ਮਿੱਤਰ ਚੱਲ ਹੁਣ ਆ ਵੀ ਚੱਕ ਬਈ ਇੱਧਰ ਆਉਣ ਦਾ ਗਲਵਜ ਵੀ ਦੇ ਦੋ ਤੇ ਹੁਣ ਮੈਂ ਵੀ ਬਾਹਰ ਆਉਣਾ ਜੀ। ਬਹੁ ਕਿਹੜਾ ਸਾਹ ਫੜਿਆ ਤੂੰ ਇਹ ਭਾਜੀ ਰਸਲ ਵਾਈਪਰ ਅੱਛਾ ਹਾਂ ਇਹ ਪੰਜਾਬ ਚ ਹੁੰਦਾ ਹੀ ਨਹੀਂ ਆ ਧਿਆਨ ਨਾਲ ਉੱਤੋਂ ਇਹਦੇ ਤੇ ਵੱਡਾ ਰੱਖ ਦੇ ਆ ਵੀ ਫੜੋ ਭਾਜੀ ਇੱਦਾਂ ਤਾਂ ਆ ਸਕਦਾ। ਹਾਂਜੀ ਹਾਂਜੀ ਪੌਡਿਆਂ ਹੱਥ ਪਾ ਗਿਆ ਕੋਈ ਗੱਲ ਨੀ ਤੂੰ ਹੱਥ ਫੜ ਮੇਰਾ ਸਰੀਰ ਮੇਰਾ ਵੀ ਭਾਰਾ ਵੀਡੀਓ ਕੱਢਦਾ ਕਰੇ ਹੁਣ ਫੋਨ ਹੈ ਪਾਣੀ ਜਿੱਦਾਂ ਕਿ ਇਹ ਸੱਪ ਭਾਜੀ ਇਹ ਸੱਪ ਵਾਕਈ ਰਸਲ ਵਾਈਪਰ। ਹਾਂਜੀ ਹਾਂਜੀ ਘਰੋਂ ਮੁੰਡੇ ਨੂੰ ਬੁਲਾ ਕੇ ਬੂਟ ਮੰਗਾ ਕੇ ਸਟਿੱਕ ਮੰਗਾ ਕੇ ਫੇਰ ਫੜਿਆ ਵਾ। ਕਈ ਦੋਸਤ ਮਿੱਤਰ ਪਤਾ ਕੀ ਕਹਿੰਦੇ ਆ ਕਿ ਸਟਿੱਕ ਦੇ ਨਾਲ ਸੱਪ ਨਹੀਂ ਫੜਨਾ। ਗੁੱਸਾ ਨਹੀਂ ਕਰਨਾ ਮੇਰੀ ਗੱਲ ਦਾ, ਸਟਿੱਕ ਭਾਜੀ ਮਜਬੂਰੀ 'ਚ ਵਰਤੀ ਆ। ਅੱਜ ਸਟਿੱਕ ਜਿਹੜੀ ਹੈ ਨਾ 20 ਸਾਲਾਂ 'ਚ ਪਹਿਲੀ ਦੂਜੀ ਵਾਰੀ ਮੈਂ ਸਟਿੱਕ ਵਰਤੀ ਜੀ, ਕਿਉਂਕਿ ਜਗ੍ਹਾ ਹੀ ਬੜੀ ਉਹੋ ਜਿਹੀ ਆ। ਮੈਨੂੰ ਕੱਟ ਗਿਆ ਤੇ ਮੈਨੂੰ ਇਹਨੇ ਲਿਆ ਪੈਣਾ, ਮੈਂ ਖੁਦ ਰਹਾ ਨਾ ਤੇ ਮੇਰੇ ਏਰੀਏ ਦੇ ਸੱਪ ਮਿਲ ਕਿੱਦਾਂ ਗਿਆ। ਛੱਡਦਿਆਂ ਦੀ ਵੀਡੀਓ ਜ਼ਰੂਰ ਤੁਹਾਨੂੰ ਪਾਵਾਂਗਾ, ਨੰਬਰ ਸਕਰੀਨ 'ਤੇ ਚੱਲਦਾ। ਵੀਡੀਓ ਲਾਈਕ ਸ਼ੇਅਰ ਸੈਂਡ ਕਰੋ। ਜੈ ਸ਼ੰਕਰ ਜੈ ਨਾਲ ਦੇਤਾ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।